ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਪਾਵਰ ਕਾਰਪੋਰੇਸ਼ਨ ਦੁਆਰਾ ਲਗਾਏ ਜਾ ਰਹੇ ਸਮਾਰਟ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਗੜਦੀਵਾਲਾ ਵਿਖੇ ਰੰਧਾਵਾ ਨੇੜੇ ਪੋਲਟਰੀ ਫਾਰਮ 'ਚ ਬਿਜਲੀ ਵਿਭਾਗ ਦੁਆਰਾ ਲਗਾਏ ਗਏ ਸਮਾਰਟ ਮੀਟਰ ਨੂੰ ਉਤਾਰਨ ਲਈ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬਿਜਲੀ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਪਾਵਰਕਾਮ ਦੇ ਚੀਫ ਇੰਜੀਨੀਅਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਸੀ ਕਿ ਪੰਜਾਬ ਵਿੱਚ ਪ੍ਰੀਪੇਡ ਸਮਾਰਟ ਮੀਟਰ ਨਾ ਲਗਾਏ ਜਾਣ, ਪਰੰਤੂ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਰੰਧਾਵਾ ਵਿਖੇ ਪੋਲਟਰੀ ਫਾਰਮ ਤੇ ਸਮਾਰਟ ਮੀਟਰ ਲਗਾ ਦਿੱਤਾ ਗਿਆ ਹੈ। ਸਮੂਹ ਧਰਨਾਕਾਰੀਆਂ ਨੇ ਇੱਕ ਮੰਗ ਪੱਤਰ ਪਾਵਰਕਾਮ ਦੇ ਐਕਸੀਅਨ ਜਸਵੰਤ ਸਿੰਘ ਨੂੰ ਦਿੰਦਿਆਂ ਪੋਲਟਰੀ ਫਾਰਮ 'ਚ ਲੱਗਾ ਸਮਾਰਟ ਮੀਟਰ ਉਤਾਰਨ ਦੀ ਮੰਗ ਕੀਤੀ। ਮੰਗ ਨਾ ਮੰਨੇ ਜਾਣ ਦੀ ਸੂਰਤ ਵਿੱਚ ਉਹਨਾਂ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਦੀ ਗੱਲ ਕਹੀ। ਦੇਖੋ ਐਕਸੀਅਨ ਸਾਹਿਬ ਆਏ, ਉਹ ਕਹਿੰਦੇ ਸਾਨੂੰ ਲਿਖਤੀ ਦੇ ਵਿੱਚ ਦੋ ਅੱਖਰ ਲਿਖ ਕੇ ਦਿਓ, ਅਸੀਂ ਆਪਣੇ ਮਹਿਕਮੇ ਨੇ ਭੇਜੇ ਤਾਂ ਉਹਨਾਂ ਨੂੰ ਪਤਾ ਲੱਗੇ। ਅਸੀਂ ਉਹਨਾਂ ਨੂੰ ਲਿਖਤੀ ਦੇ ਦਿੱਤਾ ਕਿ ਜਿਹੜੇ ਮੀਟਰ ਆ ਤੁਸੀਂ ਜਿਸ ਤਰ੍ਹਾਂ ਲਾਏ ਆ ਸਮਾਰਟ ਮੀਟਰ, ਇਹਨਾਂ ਨੂੰ ਤੁਸੀਂ ਉਤਾਰ ਲਓ। ਉਹਨਾਂ ਨੇ ਵੀ ਇਹਦੇ ਲਾਭ ਬਾਰੇ ਦੱਸਿਆ ਕਿ ਇਹਦੀਆਂ ਕੀ ਲਾਭ ਕੀ ਹਾਨੀਆਂ ਹੈਗੀਆਂ, ਸਮਝਾਉਣ ਦੀ ਕੋਸ਼ਿਸ਼ ਤਾਂ ਚਲੋ ਬਿੱਲ ਆਏ ਸੀ ਉਦੋਂ ਵੀ ਕੀਤੀ ਗਈ ਸੀ ਕਿ ਬਿੱਲ ਕਿਸਾਨਾਂ ਦੇ ਪੱਖੀ ਆ, ਬਿੱਲ ਮਜ਼ਦੂਰਾਂ ਦੇ ਪੱਖੀ, ਬਹੁਤ ਲੇਟ ਜਿਹੜਾ ਆ ਲੋਕਾਂ ਨੂੰ ਸਮਝ ਲੱਗੀ ਸੀ। ਔਰ ਇਹਦਾ ਵੀ ਜਿਹੜਾ ਹੁਣ ਸਮਾਰਟ ਮੀਟਰ ਕਹਿ ਕੇ ਜਿਹੜੇ ਮੀਟਰ ਲਗਾਏ ਜਾ ਰਹੇ ਆ, ਇਹ ਦੱਸਦੇ ਵੀ ਪ੍ਰੀਪੇਡ ਮੀਟਰ ਨਹੀਂ, ਪਰ ਸਮਾਰਟ ਮੀਟਰ ਆਪਸ਼ਨਾਂ ਸਾਰੀਆਂ ਇਹਦੇ ਵਿੱਚ ਹੈਗਾ। ਵਾਈਫਾਈ ਇਹਦੇ ਵਿੱਚ, ਮਤਲਬ ਨੈਟ ਲੱਗਾ ਹੋਇਆ, ਕੈਮਰਾ ਇਹਦੇ ਵਿੱਚ ਲੱਗਾ ਹੋਇਆ, ਆਪਸ਼ਨਾਂ ਪੂਰੀਆਂ ਹੈਗੀਆਂ, ਜਦੋਂ ਮਰਜ਼ੀ ਇਹ ਚਿੱਪ ਇਹਦੇ ਵਿੱਚ ਲਾ ਲੈਣ, ਆਪਸ਼ਨਾਂ ਸਾਰੀਆਂ। ਸਮਾਰਟ ਮੀਟਰ ਤਾਂ ਇਸ ਤਰ੍ਹਾਂ ਦੀ ਗੱਲ ਹੈਗੀ ਕਿ ਪੈਨਸਲੀਨ ਦਾ ਟੀਕਾ ਲਾਉਣ ਲੱਗੇ ਪਹਿਲਾਂ ਇੱਕ ਵਾਰ ਟੈਸਟ ਕਰਦੇ ਆ, ਜੇ ਤਾਂ ਮਰੀਜ਼ ਸਹਾਰਦਾ ਤਾਂ ਫਿਰ ਉਹਦੇ ਟੀਕਾ ਲਾ ਦਿੰਦੇ। ਇਸੇ ਤਰ੍ਹਾਂ ਦੀ ਜਿਹੜੇ ਸਮਾਰਟ ਮੀਟਰ ਦਾ ਨਾਂ ਦੇ ਕੇ ਇਹ ਪ੍ਰੀਪੇਡ ਮੀਟਰ ਲਗਾ ਕੇ ਸਾਡੇ ਪੰਜਾਬ ਨੂੰ ਦਬਾਉਣਾ ਚਾਹੁੰਦੇ ਆ, ਇੱਥੇ ਆਰਥਿਕ ਸਥਿਤੀ ਨੂੰ ਹੋਰ ਕਮਜ਼ੋਰ ਕਰਨਾ ਚਾਹੁੰਦੇ ਆ। ਇਸ ਕਰਕੇ ਜਿਹੜਾ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਦੱਸਿਆ ਕਿ ਸਾਡੀ ਕਿਸਾਨ ਜਥੇਬੰਦੀ ਨੇ, ਦੁਆਬਾ ਕਿਸਾਨ ਕਮੇਟੀ ਪੰਜਾਬ ਨੇ, ਅਸੀਂ ਫੈਸਲਾ ਕੀਤਾ ਸੀਗਾ ਕਿ ਅਸੀਂ ਮੀਟਰ ਬਿਲਕੁਲ ਨਹੀਂ ਲਾਉਣ ਦੇਵਾਂਗੇ, ਪਰ ਇਹ ਜਿਹੜਾ ਮੀਟਰ ਤੁਸੀਂ ਲਾਇਆ ਇਹਨੂੰ ਤੁਰੰਤ ਜਿਹੜਾ ਉਤਾਰ ਕੇ ਉੱਥੇ ਪੁਰਾਣਾ ਮੀਟਰ ਲਾਓ, ਅਗਾਂਹ ਤੋਂ ਜਿਹੜੇ ਆ ਕੋਈ ਵੀ ਮੀਟਰ ਸਾਡੇ ਪੰਜਾਬ ਦੇ ਵਿੱਚ ਨਾ ਲੱਗੇ। ਔਰ ਉਹਨਾਂ ਨੂੰ ਹੁਣ ਮੰਗ ਪੱਤਰ ਦੇ ਦਿੱਤਾ, 2 ਘੰਟੇ ਦਾ ਸਮਾਂ ਦਿੱਤਾ, ਦੇਖਦੇ ਆ ਉਹਨਾਂ ਦੀ ਕੀ ਅੱਗੇ ਗਾਹਾਂ ਕਾਰਵਾਈ ਕਰਦੀ, ਅਫਸਰਾਂ ਨਾਲ ਕੀ ਤਾਲਮੇਲ ਕਰਦੇ ਆ। ਜੇਕਰ ਤਾਂ ਉਹ ਇਹਨੂੰ ਸੰਜੀਦਗੀ ਨਾਲ ਲੈ ਕੇ ਇਹ ਲਾਇਕੀ ਦੇ ਨਾਲ, ਮੈਂ ਕਹਿੰਦਾ, ਇਹ ਮਸਲੇ ਨੂੰ ਹੱਲ ਕਰ ਦਿੰਦੇ। ਮਸਲਾ ਕੋਈ ਏਡਾ ਵੱਡਾ ਹੈ ਨੀਗਾ, ਅਸੀਂ ਨਹੀਂ ਚਾਹੁੰਦੇ ਕਿ ਬਾਰ ਬਾਰ ਅਸੀਂ ਸੜਕਾਂ ਤੇ ਬਹਿ ਕੇ ਲੋਕਾਂ ਨੂੰ ਪਰੇਸ਼ਾਨ ਕਰੀਏ। ਉਹ ਵੀ ਸਾਡੇ ਭੈਣ ਭਰਾ ਨੇ, ਸਾਡੇ ਬੱਚੇ ਨੇ ਜਿਹੜੇ ਸਕੂਲਾਂ ਦੇ ਵਿੱਚ ਜਾਣੇ ਵਾਲੇ, ਕੋਈ ਐਮਰਜੈਂਸੀ ਸੇਵਾਵਾਂ ਜਾਂਦੀਆਂ, ਬਾਰ ਬਾਰ ਹਰੇਕ ਮਸਲਾ ਸੜਕਾਂ ਤੇ ਬੈਠ ਕੇ ਹੱਲ ਨਾ ਹੋਵੇ। ਅਸੀਂ ਤਦੇ ਦਫ਼ਤਰ ਦੇ ਮੋਹਰੇ ਬੈਠ ਗਏ ਸੀ ਆ ਕੇ ਕਿ ਦਫ਼ਤਰ ਜਿਹੜਾ ਬਿਜਲੀ ਵਿਭਾਗ ਦਾ, ਉਹਦੇ ਮੋਹਰੇ ਹੀ ਬੈਠ ਕੇ ਮਸਲਾ ਹੱਲ ਹੋ ਜਾਵੇ। ਐਕਸੀਅਨ ਸਾਹਿਬ ਨਾਲ ਗੱਲਬਾਤ ਹੋਈ ਆ, ਹੁਣ ਦੇਖਦੇ ਹਾਂ ਉਹਨਾਂ ਨੇ ਕੁਝ ਸਮਾਂ ਮੰਗਿਆ ਤੇ ਉਸ ਤੋਂ ਬਾਅਦ ਹੀ ਫੈਸਲਾ ਆਉਂਦਾ, ਤੇ ਉਹ ਤੋਂ ਬਾਅਦ ਫਿਰ ਅਸੀਂ ਆਪਣੀ ਜਥੇਬੰਦੀ ਸਲਾਹ ਕਰਕੇ ਨਵਾਂ ਐਕਸ਼ਨ ਲਵਾਂਗੇ। ਐਕਸੀਅਨ ਜਸਵੰਤ ਸਿੰਘ ਨੇ ਕਿਸਾਨਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਉੱਚ ਅਧਿਕਾਰੀਆਂ ਤੱਕ ਪਹੁੰਚਾ ਕੇ ਜਲਦ ਹੀ ਮਾਮਲੇ ਨੂੰ ਸੁਲਝਾਉਣ ਦੀ ਗੱਲ ਕਹੀ। ਮਹਿਕਮੇ ਵੱਲੋਂ ਪਬਲਿਕ ਦੀ ਵਧੀਆ ਸਰਵਿਸ ਵਾਸਤੇ ਨਵੀਂ ਟੈਕਨੋਲੋਜੀ ਦੇ ਮੀਟਰ ਲਾਏ ਜਾ ਰਹੇ ਆ, ਜਿਹੜੇ ਕਿ ਜਦੋਂ ਲਾਉਣਗੇ ਆਟੋਮੈਟਿਕ ਸਾਰੇ ਸਾਡੇ ਕੰਪਿਊਟਰ ਸਿਸਟਮ ਨਾਲ ਉਹਨੇ ਲਿੰਕ ਰਹਿਣਾ ਆ, ਉਹਦੇ ਵਿੱਚ ਕੋਈ ਖਰਾਬੀ ਆਉਂਦੀ, ਕੋਈ ਪ੍ਰੋਬਲਮ ਆਉਂਦੀ, ਤੁਰੰਤ ਪਤਾ ਲੱਗ ਜਾਣਾ ਆ। ਅਤੇ ਨਾਲ ਹੀ ਜਿਹੜੇ ਖਪਤਕਾਰ ਆ ਉਹਨਾਂ ਨੂੰ ਵੀ ਸਹੀ ਜਾਣਕਾਰੀ ਮਿਲਣੀ ਆ, ਸਹੀ ਰੀਡਿੰਗ ਹੋਣੀ ਆ, ਸਹੀ ਬਿੱਲ ਬਣਨੇ ਆ। ਅਤੇ ਕਿਸਾਨ ਜੰਦੀਆਂ ਬੰਦੀਆਂ ਦੇ ਮਨ 'ਚ, ਮਤਲਬ ਕਹਿ ਲਓ ਵੀ ਜਿਹੜਾ ਡਰ ਆ ਉਹ ਗਲਤ ਹੈ। ਇਹ ਮੀਟਰਾਂ ਦਾ ਕੋਈ ਨੁਕਸਾਨ ਆ, ਇਹਨਾਂ ਮੀਟਰਾਂ ਦਾ ਕੋਈ ਨੁਕਸਾਨ ਨਹੀਂ। ਇਹ ਮੀਟਰ ਨੇ ਬਿਲਕੁਲ ਕਲੀਅਰ ਕੱਟ ਪਾਰਦਰਸ਼ੀ ਦੱਸਣਾ, ਹਰ ਵੇਲੇ ਦੱਸਣਾ ਆ। ਪਬਲਿਕ ਸਰਵਿਸ ਵਾਸਤੇ ਅਸੀਂ ਸਾਰਾ ਕੁਛ ਕਰ ਰਹੇ ਹਾਂ, ਅਤੇ ਉਹਦੇ ਵਿੱਚ ਜੇ ਕੋਈ ਕਿਸੇ ਦੇ ਮਨ 'ਚ ਆਉਂਦਾ ਉਹਨੂੰ ਅਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਹ ਮਸਲੇ ਨੂੰ ਹੱਲ ਕਰਾਵਾਂਗੇ। ਠੀਕ ਹੈ ਜੀ, ਮੈਂ ਹੈਗਾ, ਮੇਰੇ ਉੱਚ ਅਧਿਕਾਰੀ ਉਹਨਾਂ ਨੂੰ ਸਮਝਾਉਣਗੇ, ਅਤੇ ਕੁਛ ਟਾਈਮ ਲਈ ਅਸੀਂ ਉਸ ਹਿਸਾਬ ਨਾਲ ਅੱਗੇ ਚੱਲਾਂਗੇ ਅਤੇ ਕਿਸੇ ਤਰ੍ਹਾਂ ਦਾ ਸਾਡਾ ਪਬਲਿਕ ਵੀ ਜਾਂ ਕਿਸੇ ਨੂੰ ਮਨ 'ਚ ਕੋਈ ਵਹਿਮ ਨਾ ਰਹੇ, ਡਰ ਨਾ ਰਹੇ, ਅਤੇ ਉਸ ਹਿਸਾਬ ਨਾਲ ਚੁਣੌਤੀਆਂ ਲੈ ਕੇ ਅਸੀਂ ਉਹਦੇ ਬਾਰੇ ਸੰਬੰਧੀ ਅੱਗੇ ਫੈਸਲਾ ਕਰਾਂਗੇ।